ਕੇਂਦਰ ਸਰਕਾਰ ਦੇ ਖਿਲਾਫ ਸਾਰੀਆਂ ਕਿਸਾਨ ਜਥੇਬੰਦੀਆਂ ਹੁਣ ਲਗਾਤਾਰ ਵਿਰੋਧ ਕਰ ਰਹੀਆਂ ਨੇ। ਇੱਕ ਪਾਸੇ ਅਗਰ ਆਪਾਂ ਗੱਲ ਕਰੀਏ ਤਾਂ ਕਈ ਕਿਸਾਨ ਜਥੇਬੰਦੀਆਂ ਹਰਿਆਣਾ ਦੇ ਬਾਰਡਰ ਦੇ ਉੱਪਰ ਬੈਠੀਆਂ ਨੇ, ਦਿੱਲੀ ਨੂੰ ਕੂਚ ਕਰਨ ਦੇ ਲਈ ਲਗਾਤਾਰ ਕੇਂਦਰ ਸਰਕਾਰ ਦਾ ਵਿਰੋਧ ਹੋ ਰਿਹਾ। ਤਾਂ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ 8 ਜਗ੍ਹਾਵਾਂ ਦੇ ਉੱਪਰ ਰੇਲਵੇ ਸਟੇਸ਼ਨ ਜਿਹੜੇ ਹੈਗੇ ਨੇ ਰੋਕੇ ਗਏ ਨੇ, ਰੇਲਾਂ ਰੋਕੀਆਂ ਗਏ ਨੇ, ਕੇਂਦਰ ਦਾ ਲਗਾਤਾਰ ਵਿਰੋਧ ਹੋ ਰਿਹਾ। ਸੂਬਾ ਪ੍ਰਧਾਨ ਸਾਡੇ ਨਾਲ ਮੌਜੂਦ ਨੇ, ਉਗਰਾਹਾਂ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਦਾ ਤੁਹਾਡਾ ਪ੍ਰਦਰਸ਼ਨ, 4 ਘੰਟੇ ਰੇਲ ਰੋਕ ਰਹੇ ਹੋ, ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਇਹ ਪ੍ਰਦਰਸ਼ਨ ਜਿਹੜਾ ਸਰਕਾਰ ਦਾ ਜਬਰ ਹੈ ਉਹਦੇ ਖਿਲਾਫ਼ ਹੈ। ਜਿਹੜੀਆਂ ਸਾਡੀਆਂ ਮੰਗਾਂ ਨੇ ਸੰਯੁਕਤ ਮੋਰਚੇ ਦੀਆਂ, ਉਹਨਾਂ ਮੰਗਾਂ 'ਤੇ ਉਹ ਜਥੇਬੰਦੀਆਂ ਅੰਦੋਲਨ ਦੇ ਵਿੱਚ ਆਈਆਂ ਨੇ, ਇੱਧਰ ਗਈਆਂ। ਦਿੱਲੀ ਜਾਣ ਦਾ ਫੈਸਲਾ ਉਹਨਾਂ ਨੇ ਕੀਤਾ ਹੋਇਆ, ਉਹ ਮੰਗਾਂ ਸਹੀ ਨੇ, ਮੰਗਾਂ ਜਾਇਜ਼ ਨੇ। ਸਰਕਾਰ ਇਹ ਨਾ ਸਮਝੇ ਸਾਡੇ ਬਖਰੇਵੇਂ ਹੈਗੇ ਆ, ਅਸੀਂ ਤਾਂ ਹੀ ਵੱਖ ਵੱਖ ਜਥੇਬੰਦੀਆਂ, ਬਖਰੇਵੇਂ ਸਾਡੇ ਛੋਟੇ ਆ, ਬਖਰੇਵੇਂ ਸਾਡੀਆਂ ਛੋਟੀਆਂ ਗੱਲਾਂ 'ਤੇ ਆ। ਸਾਡੀ ਏਕਤਾ ਇਸ ਗੱਲ 'ਤੇ ਆ ਵੀ ਸਾਡੀਆਂ ਸਾਰੀਆਂ ਜਥੇਬੰਦੀਆਂ ਮੰਗਾਂ ਸਾਡੀਆਂ ਸਾਰਿਆਂ ਦੀਆਂ ਇਕੱਠੀਆਂ ਨੇ। ਉਹਨਾਂ ਮੰਗਾਂ 'ਤੇ ਜੇ ਕੋਈ ਲੜਦਾ ਆਪਦਾ ਤਰੀਕਾ ਉਹਦਾ ਲੜਨ ਦਾ, ਉਹਨੂੰ ਇਹ ਅਧਿਕਾਰ ਹੈ ਕਿ ਉਹ ਆਪਦਾ ਤਰੀਕਾ ਕੱਢੇ ਸੰਘਰਸ਼ ਕਰਨ ਦਾ। ਜਦੋਂ ਉਹ ਸੰਘਰਸ਼ ਦੇ ਮੈਦਾਨ 'ਚ ਆ ਗਿਆ, ਜੇ ਉਹਦੇ ਕੋਈ ਧੱਕਾ ਹੋਊਗਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਕੇਂਦਰ ਕੰਨ ਕਰਕੇ ਸੁਣ ਲਏ, ਆਹ ਜਿਹੜੀਆਂ ਮੰਗਾਂ ਨੇ ਇਹ ਸੰਯੁਕਤ ਮੋਰਚੇ ਦੀਆਂ ਮੰਗਾਂ ਨੇ, ਸਮੁੱਚੀ ਕਿਸਾਨੀ ਦੀਆਂ ਮੰਗਾਂ ਨੇ, ਸਮੁੱਚੇ ਲੋਕਾਂ ਦੀਆਂ ਮੰਗਾਂ ਨੇ। ਕਰਜ਼ਾ ਖਤਮ ਕਰਨਾ, ਖੇਤੀ ਕਾਨੂੰਨ ਦੀ ਪਾਲਿਸੀ ਬਣਾਉਣਾ, ਵਿਸ਼ਵ ਵਪਾਰ ਸੰਸਥਾ 'ਚੋਂ ਬਾਹਰ ਆ ਕੇ ਨਵੀਆਂ ਆਰਥਿਕ ਨੀਤੀਆਂ ਵਾਲੇ ਪਾਸੇ ਹੋਣਾ ਸਰਕਾਰ ਦਾ। ਇਹ ਸਾਨੂੰ ਇਹਨਾਂ ਨੇ ਸਤਾ ਰੱਖਿਆ, ਸਾਨੂੰ ਇਹਨਾਂ ਨੇ ਤੰਗ ਕਰ ਰੱਖਿਆ, ਇਹਦੇ ਕਰਕੇ ਸਾਡੇ ਕਿਸਾਨ ਖੁਦਕੁਸ਼ੀਆਂ ਕਰਦੇ ਨੇ, ਇਹਦੇ ਕਰਕੇ ਸਾਡਾ ਮਜ਼ਦੂਰਾਂ ਅਤੇ ਕਿਸਾਨਾਂ ਦਾ ਵੱਡਾ ਹਿੱਸਾ ਬੇਰੁਜ਼ਗਾਰ ਆ, ਇਹਦੇ ਕਰਕੇ ਪਬਲਿਕ ਸੈਕਟਰ ਕਾਰਪੋਰੇਟਰ ਹੱਥ 'ਚ ਗਿਆ। ਇਸ ਕਰਕੇ ਕੰਨ ਕਰਕੇ ਸੁਣ ਲਏ, ਸਾਡੀ ਬਖਰੇਵੇਂ ਅੱਡ ਹੈ, ਸਾਂਝ ਸਾਡੀ ਵੱਡੀ ਹੈ। ਅੱਜ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਐਕਟਿਵ ਹੋ ਗਈਆਂ, ਇਹਨੂੰ ਛੋਟੀ ਗੱਲ ਨਾ ਸਮਝ ਲਿਓ, ਇਹਨੂੰ ਕਦੇ ਖਨੌਰੀ ਅਤੇ ਸੰਭੂ ਬਾਰਡਰ ਵਾਲੀ ਗੱਲ ਨਾ ਸਮਝ ਲਿਓ, ਇਹ ਪੂਰੇ ਭਾਰਤ ਦਾ ਮਸਲਾ ਬਣਨ ਜਾ ਰਿਹਾ। ਅਤੇ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਅੱਜ ਪੰਜਾਬ ਵਾਲੀਆਂ ਸਾਰੀਆਂ ਐਕਟਿਵ ਨੇ, ਹਿੰਦੁਸਤਾਨ ਵਾਲੀਆਂ ਨਾਲ ਗੱਲ ਕਰਾਂ। ਪ੍ਰਧਾਨ ਸਾਹਿਬ, ਜਿਹੜਾ ਉੱਥੇ ਹਾਲਾਤ ਬਣੇ ਪਏ ਨੇ, ਲਗਾਤਾਰ ਹਰਿਆਣੇ ਪੁਲਿਸ ਦੇ ਵੱਲੋਂ ਜਿਹੜੀ ਵੱਡੇ ਵੱਡੇ ਹਮਲੇ ਕੀਤੇ ਜਾ ਰਹੇ ਨੇ, ਰੋਜ਼ਾਨਾ 100 ਦੇ ਲਗਭਗ, 50 ਦੇ ਲਗਭਗ ਸਾਰੇ ਬਾਰਡਰਾਂ ਦੇ ਉੱਪਰ ਕਿਸਾਨ ਜ਼ਖਮੀ ਹੋ ਰਹੇ ਨੇ, ਉਹ ਚੀਜ਼ ਨੂੰ, ਉਹ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਉਹ ਵਰਤਾਰੇ ਦੀ ਗੱਲ ਕੀਤੀ ਆ, ਮੈਂ ਉਸੇ ਵਿਰੋਧ 'ਚੋਂ ਹੀ ਅਸੀਂ ਉੱਠ ਕੇ ਆਏ ਹਾਂ, ਉਸੇ ਗੱਲ 'ਚੋਂ ਅਸੀਂ ਉੱਠ ਕੇ ਆਏ ਹਾਂ। ਅਸੀਂ ਇਹ ਕਹਿੰਦੇ ਵੀ ਇਹ ਇਹਨਾਂ ਦਾ ਅਧਿਕਾਰ ਹੈ, ਤੁਸੀਂ ਅਧਿਕਾਰ ਨੂੰ, ਤੁਸੀਂ ਜਮਹੂਰੀ ਹੱਕਾਂ ਨੂੰ ਕੁਚਲ ਰਹੇ ਹੋ, ਤੁਸੀਂ ਲੋਕਤੰਤਰ ਦਾ ਘਾਣ ਕਰ ਰਹੇ ਹੋ, ਲੋਕਾਂ ਦੇ ਹੱਕਾਂ ਦੀ ਸੰਘਰਸ਼ ਕਰਦੇ, ਲੋਕਾਂ ਦੇ ਉੱਤੇ ਤੁਸੀਂ ਗੋਲੀਆਂ ਭਰਾ ਰਹੇ ਹੋ, ਇਹ ਤਰੀਕਾ ਤੁਹਾਡਾ ਠੀਕ ਹੈ? ਕੱਲ੍ਹ ਦਾ ਕੀ ਐਲਾਨ ਕੀਤਾ ਹੋਇਆ, ਕੱਲ੍ਹ ਨੂੰ ਤੁਸੀਂ ਭਾਰਤ ਬੰਦ ਦਾ ਐਲਾਨ, ਕਿਸ ਪੱਧਰ ਦੇ ਉੱਪਰ ਜਿਹੜਾ ਹੈਗਾ ਕੱਲ੍ਹ ਦਾ ਪ੍ਰੋਗਰਾਮ ਹੋਊਗਾ? ਕੱਲ੍ਹ ਨੂੰ ਦੇਖੋ, ਸੰਯੁਕਤ ਮੋਰਚੇ ਦੇ ਉੱਤੇ ਟਰੇਡ ਯੂਨੀਅਨ ਦਾ ਸਾਂਝਾ, ਮਜ਼ਦੂਰਾਂ ਅਤੇ ਕਿਸਾਨਾਂ ਦਾ ਸਾਂਝਾ, ਇਹ ਭਾਰਤ ਬੰਦ ਦਾ ਸੱਦਾ, ਉਹਦੇ ਵਿੱਚ ਅਸੀਂ ਜੱਟ ਕੇ ਸ਼ਾਮਿਲ ਹੋਵਾਂਗੇ। ਪੰਜਾਬ ਦੀਆਂ ਤਕਰੀਬਨ ਸਾਰੀਆਂ ਸੰਯੁਕਤ ਮੋਰਚੇ ਦੇ ਜਥੇਬੰਦੀਆਂ ਸ਼ਾਮਿਲ ਹੋਣ। ਉਗਰਾਹ ਸਾਹਿਬ, ਮੀਟਿੰਗਾਂ ਹੋ ਰਹੀਆਂ ਨੇ, ਮੀਟਿੰਗਾਂ ਦੇ ਵਿੱਚ ਕੀ ਕੋਈ ਸੱਟਾ ਨਿਕਲਿਆ? ਜਿਹੜੀਆਂ ਮੁੱਖ ਮੰਗਾਂ ਹੈ ਕਿਤੇ ਨਾ ਕਿਤੇ ਕਿਉਂ ਗੱਲ ਬਣਦੀ ਲੱਗਦੀ ਆ? ਦੇਖੋ, ਮੀਟਿੰਗਾਂ ਕਰਨ ਵਾਲੇ ਸਾਥੀਆਂ ਨੂੰ ਪਤਾ, ਅਸੀਂ ਸਿਰਫ ਇਹਦੇ 'ਚ ਆ, ਮੀਟਿੰਗ ਕਰਨ ਵਾਲੇ ਸਾਥੀ ਹੀ ਫੈਸਲਾ ਕਰਨਗੇ ਉਹਨਾਂ ਨੇ ਕਿਹੜੀਆਂ ਗੱਲਾਂ 'ਤੇ ਫੈਸਲਾ ਕਰਨਾ। 24 ਤਰੀਕ ਨੂੰ ਤੁਸੀਂ ਕਿਹਾ ਕਿ ਚੰਡੀਗੜ੍ਹ ਕੂਚ ਕਰਨਾ, ਉਸ ਨੂੰ ਕਿਵੇਂ ਦੇਖਦੇ? ਚੰਡੀਗੜ੍ਹ ਦਾ ਅੱਜ ਅਸੀਂ ਸਟੈਂਡ ਕਰਦਾ, ਹਾਲਤਾਂ 'ਚ ਪੰਜਾਂ ਦਾ ਅਸੀਂ ਉਹਦੇ ਬਾਰੇ ਵਿਚਾਰ ਲਾਂਗੇ, ਇਹ ਕੋਈ ਗੱਲ ਨਹੀਂ। ਤਾਂ ਇੱਕ ਮੰਚ ਦੇ ਉੱਪਰ ਦਿੱਲੀ ਵੀ ਤੁਹਾਡੇ ਵੱਲੋਂ ਵੀ ਐਲਾਨ ਕੀਤਾ ਜਾ ਸਕਦਾ ਕਿ ਹਾਂ ਅਸੀਂ ਦਿੱਲੀ ਜਾਵਾਂਗੇ, ਜਾਂ ਉਸ ਤਰੀਕੇ ਦਾ? ਦੇਖੋ, ਅੱਜ ਹਾਲਤ 'ਚ ਕੋਈ, ਕੁਛ ਕਹਿਣ ਦੀ ਹਾਲਤ 'ਚ ਨਹੀਂ, ਜਦੋਂ ਆਉਣ ਵਾਲੀਆਂ ਹਾਲਤਾਂ ਨੂੰ ਦੇਖ ਕੇ ਅਸੀਂ ਕੋਈ ਫੈਸਲਾ ਕਰਾਂਗੇ। ਤਾਂ ਲਗਾਤਾਰ ਜੋ ਵਰਤੀਰੇ ਖਨੌਰੀ ਬਾਰਡਰ ਦੇ ਉੱਪਰ, ਸ਼ੰਭੂ ਬਾਰਡਰ ਦੇ ਉੱਪਰ ਹੋ ਰਹੇ ਨੇ, ਤਾਂ ਉਸਦੇ ਵਿਰੋਧ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ 8 ਜਗ੍ਹਾਵਾਂ ਦੇ ਉੱਪਰ ਜਿਹੜੀਆਂ ਰੇਲਾਂ ਨੇ ਰੋਕੀਆਂ ਗਈਆਂ ਨੇ। ਤੁਹਾਨੂੰ ਪਹਿਲਾਂ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਸ ਹਾਲਾਤ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਕਿਸਾਨ ਇੱਥੇ ਪਹੁੰਚੇ ਹੋਏ ਨੇ। 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ ਹੈਗੀ ਆ ਪੂਰੀ ਰੇਲ ਆਵਾਜਾਈ ਆ ਜਿਹੜੀ ਆ ਉਹ ਠੱਪ ਕੀਤੀ ਜਾਊਗੀ, ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ, ਪਰ ਜੋ ਹਾਲਾਤ ਕਿਸਾਨਾਂ ਦੇ ਪ੍ਰਤੀ ਬਣਦੇ ਆ ਰਹੇ ਨੇ
ਉਹਨਾਂ ਹਾਲਾਤਾਂ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਇਦਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਲਗਾਤਾਰ ਜਿਹੜੇ ਹੈਗੇ ਨੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ। ਭਾਰੀ ਗਿਣਤੀ 'ਚ ਲੋਕ ਮੌਜੂਦ ਨੇ। 4 ਵਜੇ ਤੱਕ ਦਾ ਜਿਹੜਾ ਸਮਾਂ ਹੈਗਾ ਇਹ ਟ੍ਰੇਨਾਂ ਨੂੰ ਰੋਕਣ ਦਾ ਉਹ ਐਲਾਨਿਆ ਹੋਇਆ ਅਤੇ ਹੋਰ ਵੀ ਜਿਹੜੇ ਹੈਗੇ ਨੇ ਇਸ ਤਰੀਕੇ ਦੇ ਪ੍ਰਦਰਸ਼ਨ ਨੇ। 24 ਤਰੀਕ ਨੂੰ ਚੰਡੀਗੜ੍ਹ ਜਿਹੜਾ ਹੈਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਾ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਾ। ਕੱਲ੍ਹ ਨੂੰ 16 ਤਰੀਕ ਨੂੰ ਕਈ ਜਿਹੜੀਆਂ ਜਨਤਕ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਕਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੂਰਾ ਭਾਰਤ ਬੰਦ ਹੋਊਗਾ ਤਾਂ ਅਲੱਗ ਅਲੱਗ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੇ ਲਗਾਤਾਰ ਪ੍ਰਦਰਸ਼ਨ ਨੇ ਕੀਤੇ ਜਾ ਰਹੇ ਨੇ। ਚਰਨਜੀਤ ਕੌਸ਼ਲ, ਸੁਨਾਮ ਤੋਂ, ਨਿਊਜ਼ 18 ਪੰਜਾਬ।